अस्सलाम वालेकुम गाइस, क्या हाल है? खैरियत से? जैसे गए ਸਾਵਲ ਭਾਈ ਖੜ੍ਹੇ ਰਾਣਾ ਰਮਜ਼ਾਨ ਸਾਹਿਬ ਦਾ ਵੇਟ ਕਰ ਰਹੇ ਅਤੇ ਅੱਜ ਮੰਡੀ ਵਿੱਚ ਭਾਈ ਜਵੇਦ ਸਾਹਿਬ ਨਾਲ ਵੀ ਮੁਲਾਕਾਤ ਹੋ ਗਈ। ਠੀਕ ਹੈ ਜੀ, ਰਾਣਾ ਸਾਹਿਬ ਆ ਗਏ ਨੇ। ਗੋਭੀ, ਕੱਦੂ, ਮਿਰਚਾਂ, ਬਤੌਂ, ਗੋਂਗਲੂ ਅਤੇ ਪਾਲਕ ਅਤੇ ਮੇਥੇ ਪਏ ਹੋਏ ਨੇ ਜੀ। ਜਨਾਬ, ਅਸੀਂ ਤੁਹਾਨੂੰ ਅੱਜ ਡਾਇਮੰਡ ਮੰਡੀ ਦਾ ਬੰਦਾ ਭਾਈ ਜੀ, ਤੁਹਾਨੂੰ ਖਾ ਰਹੇ ਹਾਂ ਅੱਜ ਡਾਇਮੰਡ ਮੰਡੀ ਦਾ ਮਾਹੌਲ। ਲੰਘ ਜਾ, ਲੰਘ ਲੰਘ ਉਸਤਾਦ, ਕੀ ਯਾਰ ਤੂੰ ਬਹੁਤ ਢਿੱਲਾ ਹੈ। ਵੇਖੋ, ਵਾਹ ਜੀ ਵਾਹ, ਲੱਗਦਾ ਵੀ ਕੇਲਿਆਂ ਨਾਲ ਖਹਿ ਕੇ ਲੰਘਣਾ ਪੈਣਾ। ਆ ਲਓ ਜੀ, ਆ ਜਾਓ ਜਿਉਂਦੀਆਂ ਤਾਂ ਉਹਨੇ ਲਾਲਵਾਂ ਖੜਾ ਤੇ। ਅਸੀਂ ਸਾਡਾ ਬੰਦਾ ਗਿਆ ਗਵੀਟ, ਅਸੀਂ ਹੁਣ ਮੰਡੀ ਵਿੱਚ ਲੱਭਦੇ ਫਿਰਦੇ ਹਾਂ, ਸ਼ਾਇਦ ਸਾਨੂੰ ਲੱਭ ਲੁੱਭ ਹੀ ਜਾਵੇ। ਉਸਤਾਦ ਹੋਰੇ ਬੜੇ ਸੋਚੀ ਦੇ ਵਹਿਮੇ, ਲਾਲ ਲਾਲ ਗਾਜਰਾਂ ਅਤੇ ਚਿੱਟੀ ਚਿੱਟੀ ਗੋਭੀ ਅਤੇ ਹਾਏ 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 ਕੀ ਮੂਡ ਭਾਅ ਜੀ। ਅਸੀਂ ਬਹੁਤ
ਕੀ ਭਾਅ ਹੈ? ਪੰਜਾਹ ਦੀਆਂ ਪੰਜ ਅਤੇ ਸਲਾਦ ਪੱਤਾ 30 ਰੁਪਏ ਦੀ ਜੋੜੀ। ਖਬਰ ਕਰੋ ਤਾਂ ਚੁਕੰਦਰ ਕਿਵੇਂ ਲਾਏ? ਚੁਕੰਦਰ ਕਿੰਨਾ ਸਾਹਿਬ ਹੈ? ਚੁਕੰਦਰ ਇਹਦੇ ਵੀ ਸਟੋਰ ਵਾਲਾ ਮਾਲ ਨਹੀਂ ਦਾ, ਨਾ ਦਾ ਮਾਲ ਨਹੀਂ, ਸਟੋਰ ਵਾਲਾ ਨਹੀਂ ਦਾ। ਕਿਲੋ ਕਿੰਨੇ ਦਾ ਦੇ ਰਹੇ? ਕਿਲੋ 300। ਤੁਹਾਨੂੰ ਵੀ ਯੂਟਿਊਬ 'ਤੇ ਪਾ ਦੀਏ ਦੁਨੀਆ ਵੇਖੇ ਤੁਹਾਨੂੰ।